ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਆ ਡਿਜ਼ਾਇਨ ਬਣਾਉਣਾ ਦੱਸਣ ਲੱਗੀ ਹਾਂ। ਇਹ ਆਪਾਂ ਆਪਣੀ ਕੋਟੀ ਅਤੇ ਜੈਕਟ 'ਤੇ ਡਿਜ਼ਾਇਨ ਜਿਹੜਾ ਪਾ ਸਕਦੇ ਹਾਂ। ਇਹ ਬਣਾਉਣ 'ਚ ਬਹੁਤ ਹੀ ਆਸਾਨ ਤਰੀਕੇ ਨਾਲ ਡਿਜ਼ਾਇਨ ਬਣ ਕੇ ਤਿਆਰ ਹੁੰਦਾ ਹੈ। ਇੰਨਾ ਡਿਜ਼ਾਇਨ ਜਿਹੜਾ ਪੰਜ ਫੰਦਿਆਂ ਦਾ ਡਿਜ਼ਾਇਨ ਹੈ, ਇੱਕ ਫੰਦਾ ਵਿੱਚਾ ਵਾਲਾ ਗੈਪ ਵਾਸਤੇ। ਜਦੋਂ ਵੀ ਆਪਾਂ ਸਿਲਾਈ 'ਤੇ ਫੰਦੇ ਪਾਉਣੇ, ਛੇ ਛੇ ਫੰਦਿਆਂ ਦੇ ਹਿਸਾਬ ਨਾਲ ਫੰਦੇ ਪਾਵਾਂਗੇ, ਪੰਜ ਫੰਦੇ ਆਪਾਂ ਵੱਧ ਪਾਵਾਂਗੇ ਤਾਂ ਕਿ ਆਪਣਾ ਡਿਜ਼ਾਇਨ ਇੱਕ ਬਰਾਬਰ ਸ਼ੁਰੂ ਹੋਵੇ। ਚਾਰ ਸਿਲਾਈਆਂ 'ਚ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਵਾ। ਬੈਕ ਸਾਈਡ ਤੋਂ ਇਸ ਤਰ੍ਹਾਂ ਬਣੂੰਗਾ। ਹੁਣ ਮੈਂ ਤੁਹਾਨੂੰ ਬਣਾਉਣਾ ਦੱਸਦੀ ਹਾਂ, ਆਪਾਂ ਇਹਨੂੰ ਕਿਵੇਂ ਬਣਾਵਾਂਗੇ। ਆ ਮੈਂ 17 ਫੰਦੇ ਪਾ ਕੇ 2 ਸਿਲਾਈਆਂ ਪਲੇਨ ਬਣਾਈਆਂ। ਪਹਿਲੇ 2 ਫੰਦੇ ਉਲਟੇ, ਧਾਗਾ ਆਪਾਂ ਆਪਣੇ ਵੱਲੇ ਹੀ ਰੱਖਾਂਗੇ। ਇੱਥੋਂ ਇੱਕ ਫੰਦਾ ਸਿੱਧਾ, ਹੁਣ ਧਾਗਾ ਪਿੱਛੇ ਰੱਖਾਂਗੇ, ਫਿਰ 2 ਫੰਦੇ ਉਲਟੇ। ਇਹ ਸਿਲਾਈ 'ਚ ਆਪਣੇ ਜਿਹੜੇ ਫੰਦੇ ਵੱਧ ਜਾਣਗੇ। ਹੁਣ ਧਾਗਾ ਪਿੱਛੇ ਕਰਕੇ ਇੱਕ ਫੰਦਾ ਸਿੱਧਾ। ਇਹੀ 6 ਫੰਦਿਆਂ ਨੂੰ ਆਪਾਂ ਵਾਰ ਵਾਰ ਰਿਪੀਟ ਕਰਨਾ ਹੈ। ਫਿਰ 2 ਫੰਦੇ ਉਲਟੇ, ਧਾਗਾ ਆਪਣੇ ਵੱਲੇ ਰੱਖਾਂਗੇ, ਇੱਕ ਫੰਦਾ ਸਿੱਧਾ, ਧਾਗਾ ਪਿੱਛੇ ਰੱਖ ਕੇ ਅੱਗੇ ਨੂੰ 2 ਫੰਦੇ ਉਲਟੇ, ਇੱਕ ਫੰਦਾ ਸਿੱਧਾ, 2 ਫੰਦੇ ਉਲਟੇ, ਧਾਗਾ ਆਪਣੇ ਵੱਲੇ ਰੱਖਿਆ, ਪਿੱਛੇ ਨੂੰ ਇੱਕ ਫੰਦਾ ਸਿੱਧਾ। ਹੁਣ ਧਾਗਾ ਪਿੱਛੇ ਰੱਖ ਕੇ ਅੱਗੇ ਨੂੰ 2 ਫੰਦੇ ਸਿੱਧੇ। ਉਲਟੀ ਸਿਲਾਈ ਜਿਹੜੀ ਪੂਰੇ ਡਿਜ਼ਾਈਨ 'ਚ ਆਪਣੀ, ਉਲਟੇ ਫੰਦੇ ਜਿਹੜੇ ਉੱਧਰੋਂ ਉਲਟੇ ਬਣੇ ਸੀ ਉਹ ਆਪਣੇ ਇੱਧਰੋਂ ਸਿੱਧੇ ਆਉਣਗੇ, ਜਿਹੜੇ ਉੱਧਰੋਂ ਸਿੱਧੇ ਫੰਦੇ ਸੀ ਉਹ ਆਪਣੇ ਉਲਟੇ ਆਉਣਗੇ। ਪੂਰੇ ਡਿਜ਼ਾਈਨ 'ਚ ਇਸ ਤਰੀਕੇ ਜਿਹੜੀ ਉਲਟੀ ਸਿਲਾਈ ਬਣ ਕੇ ਤਿਆਰ ਹੋਊਗੀ। ਵਲ ਵਾਲੇ ਫੰਦੇ ਜਿਹੜੇ ਇਹ ਵੀ ਆਪਣੇ ਉਲਟੇ ਆਉਣਗੇ। ਇਹ ਪਹਿਲੀ ਸਿਲਾਈ 'ਚ ਜਿਹੜੇ ਆਪਣੇ ਫੰਦੇ ਵੱਧ ਜਾਂਦੇ, ਲਾਸਟ 4th ਸਿਲਾਈ ਦੇ ਵਿੱਚ ਆਪਣੇ ਫੰਦੇ ਜਿਹੜੇ ਆ ਘੱਟ ਜਾਣ, ਬਰਾਬਰ ਹੋ ਜਾਣਗੇ। ਹੁਣ ਆਪਣੀ ਡਿਜ਼ਾਇਨ ਦੀ ਤੀਸਰੀ ਸਿਲਾਈ, 2 ਸਿਲਾਈਆਂ ਆਪਣੀਆਂ ਬਣ ਗਈਆਂ, ਹੁਣ ਤੀਸਰੀ ਸਿਲਾਈ। ਪਹਿਲੇ 2 ਫੰਦੇ ਉਲਟੇ, ਧਾਗਾ ਪਿੱਛੇ ਕਰਕੇ, ਹੁਣ ਆ ਜਿਹੜੇ ਫੰਦੇ ਦਾ ਆਪਾਂ ਜਾਲੀ ਪਾ ਕੇ ਜਿਹੜਾ ਫੰਦਾ ਵਧਾਇਆ ਵਾ, ਇਹਨੂੰ ਫੰਦੇ ਨੂੰ ਇਸ ਤਰ੍ਹਾਂ ਸਿੱਧਾ ਹੋਣਿਆ, ਫਿਰ ਇਹਨੂੰ ਲਾਵਾਂਗੇ ਨਹੀਂ, ਫਿਰ ਇਹਨੂੰ 1 ਤੋਂ 2 ਕਰ ਲਏ। ਜਿਹੜਾ ਹੁਣ 1 ਤੋਂ 2 ਫੰਦੇ ਕੀਤੇ ਆਪਾਂ, ਜਿਹੜਾ ਪਹਿਲਾ ਫੰਦਾ ਇਹਨੂੰ ਇਹਦੇ ਉੱਤੋਂ ਉਲਟਾ ਦਾਂਗੇ, ਫਿਰ ਇੱਕ ਫੰਦਾ ਸਿੱਧਾ, ਫਿਰ ਇਸ ਫੰਦੇ ਨੂੰ ਇਸ ਤਰੀਕੇ 1 ਵਾਰ ਆਉਣਿਆ, ਫਿਰ ਆਪਾਂ ਬੈਕ ਦੀ ਫਿਰ ਉਣਾਂਗੇ, ਫਿਰ ਆਹ ਜਿਹੜਾ ਪਹਿਲਾ ਫੰਦਾ ਇਹਦੇ ਉੱਤੋਂ ਦੀ ਉਲਟਾ ਦਾਂਗੇ। 2 ਫੰਦੇ ਉਲਟੇ, 1 ਫੰਦਾ ਸਿੱਧਾ, ਇਹੀ 6 ਫੰਦੇ ਆਪਾਂ ਵਾਰ ਵਾਰ ਰਿਪੀਟ ਕਰਨੇ ਆ। 2 ਫੰਦੇ ਉਲਟੇ, ਆਹ ਜਾਲੀ ਵਾਲੇ ਫੰਦੇ ਦੇ ਆਪਾਂ 1 ਦੇ 2 ਫੰਦੇ ਕਰਾਂਗੇ,
ਦੂਜਾ ਫੰਦਾ ਇਹਦੇ ਉੱਤੋਂ ਦੀ ਉਲਟਾ ਦਾਂਗੇ, ਫਿਰ ਇੱਕ ਫੰਦਾ ਸਿੱਧਾ, ਫਿਰ ਜਾਲੀ ਵਾਲੇ ਫੰਦੇ ਦੇ ਦੋ ਫੰਦੇ ਕੀਤੇ, ਇਹ ਫੰਦਾ ਆਪਾਂ ਇਹਦੇ ਉੱਪਰੋਂ ਦੀ ਉਲਟਾ ਤਾ, ਦੋ ਫੰਦੇ ਉਲਟੇ, ਇੱਕ ਫੰਦਾ ਸਿੱਧਾ, ਦੋ ਫੰਦੇ ਉਲਟੇ, ਫਿਰ ਆਪਣੇ ਜਾਲੀ ਵਾਲੇ ਫੰਦੇ ਦੇ ਦੋ ਫੰਦੇ ਹੋਣਗੇ ਇੱਕ ਤੋਂ, ਇਹਨੂੰ ਆਪਾਂ ਇਸ ਤਰ੍ਹਾਂ ਉਲਟਾ ਤਾ, ਇੱਕ ਫੰਦਾ ਸਿੱਧਾ, ਫਿਰ ਜਾਲੀ ਵਾਲੇ ਫੰਦੇ ਦੇ ਇੱਕ ਦੇ ਦੋ ਫੰਦੇ, ਆ ਫੰਦਾ ਆਪਾਂ ਉਲਟਾ ਦਾਂਗੇ, ਲਾਸਟ ਦੇ ਦੋ ਫੰਦੇ ਉਲਟੇ। ਹੁਣ ਆਪਣੀ ਚੌਥੀ ਸਿਲਾਈ ਆ ਗਈ ਉਲਟੀ ਸਿਲਾਈ, ਜਿਹੜੇ ਉੱਧਰੋਂ ਉਲਟੇ ਫੰਦੇ ਸੀ ਉਹ ਇੱਧਰੋਂ ਸਿੱਧੇ ਹੋ ਗਏ। ਹੁਣ ਆ ਜਿਹੜੇ ਆਪਾਂ ਇੱਕ ਫੰਦੇ ਤੋਂ ਤਿੰਨ ਫੰਦੇ ਹੋਏ ਸੀ ਪਹਿਲੀ ਸਿਲਾਈ 'ਚ, ਇਹਨਾਂ ਤਿੰਨ ਫੰਦਿਆਂ ਨੂੰ ਆਪਾਂ ਇੱਕ ਕਰ ਦਾਂਗੇ, ਫਿਰ ਦੋ ਫੰਦੇ ਸਿੱਧੇ, ਇੱਕ ਫੰਦਾ ਉਲਟਾ, ਦੋ ਫੰਦੇ ਸਿੱਧੇ, ਫਿਰ ਆ ਤਿੰਨ ਫੰਦਿਆਂ ਦਾ ਆਪਾਂ ਇੱਕ ਫੰਦਾ ਕਰ ਦਾਂਗੇ, ਆਪਣੇ ਜਿਹੜੇ ਫੰਦੇ ਕੰਪਲੀਟ ਹੋ ਗਏ। ਚੌਥੀ ਸਿਲਾਈ ਦੇ ਵਿੱਚ ਆਪਣੇ ਆਣ ਕੇ ਫੰਦੇ ਜਿਹੜੇ ਸਾਰੇ ਕੰਪਲੀਟ ਹੋ ਜਾਣਗੇ। ਇਸ ਤਰੀਕੇ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਗਿਆ। ਇਹੀ ਚਾਰ ਸਿਲਾਈਆਂ ਨੂੰ ਆਪਾਂ ਬਾਰ ਬਾਰ ਰਿਪੀਟ ਕਰਨਾ। ਆ ਵੇਖੋ ਇਸ ਤਰੀਕੇ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਆਊਗਾ। ਚਾਰ ਸਿਲਾਈਆਂ ਨੂੰ ਬਾਰ ਬਾਰ ਰਿਪੀਟ ਕਰਦੇ ਜਾਓ, ਇੱਕ ਸ਼ਾਨਦਾਰ ਡਿਜ਼ਾਈਨ ਤਿਆਰ ਕਰਦੇ ਜਾਓ। ਜੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਓ, ਤਾਂ ਕਿ ਇਸ ਤਰ੍ਹਾਂ ਨਵੇਂ ਨਵੇਂ ਡਿਜ਼ਾਈਨ ਤੁਹਾਨੂੰ ਸਿਖਾਉਂਦੀ ਰਹਾਂ।